ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ ਸੁਖਬੀਰ ਸਿੰਘ ਬਾਦਲ। ਕੋਰ ਕਮੇਟੀ ਨੇ ਲੀਡਰਸ਼ਿਪ ਤੇ ਜਤਾਇਆ ਭਰੋਸਾ। ਨਵੇਂ ਸਿਰੇ ਤੋਂ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਵੀ ਐਲਾਨ। ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਅੱਜ ਤੋਂ ਸ਼ੁਰੂ ਹੋਏਗੀ ਨੋਮੀਨੇਸ਼ਨ। 21 ਜੂਨ ਤੱਕ ਦਾਖਲ ਹੋਣਗੇ ਪਰਚੇ। ਫਿਲਹਾਲ ਕਿਸੇ ਵੀ ਪਾਰਟੀ ਨੇ ਨਹੀਂ ਐਲਾਨਿਆ ਉਮੀਦਵਾਰ। ਪ੍ਰਤਾਪ ਬਾਜਵਾ ਤੋਂ ਬਾਅਦ ਹੁਣ ਸੁੰਦਰ ਸ਼ਾਮ ਅਰੋੜਾ ਨੂੰ ਮਿਲੇ ਚਰਨਜੀਤ ਚੰਨੀ। ਮੁਲਾਕਾਤ ਨੂੰ ਦੱਸਿਆ ਨਿੱਜੀ, ਵੱਡਾ ਸਵਾਲ ਕਿ ਕਾਂਗਰਸ 'ਚ ਘਰ ਵਾਪਸੀ ਕਰਨ ਜਾ ਰਹੇ ਨੇ ਅਰੋੜਾ। ਚੋਣ ਨਤੀਜਿਆਂ 'ਤੇ RSS ਲੀਡਰ ਇੰਦਰੇਸ਼ ਕੁਮਾਰ ਦਾ ਵੱਡਾ ਬਿਆਨ। ਬੋਲੇ, ਹੰਕਾਰ ਨੇ BJP ਨੂੰ 240 ਸੀਟਾਂ 'ਤੇ ਰੋਕਿਆ, ਆਰਾਮ ਕਰਦੇ ਨੇ ਸਭ ਨਾਲ ਨਿਆਂ। ਪਾਰਟੀ ਨੇ ਭੁਗਤੀ ਪਰ ਕਮੰਡ ਕਰਕੇ ਨਹੀਂ ਮਿਲੀ ਪੂਰੀ ਤਾਕਤ। ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਰਾਊਸ ਵੈਨਿਊ ਕੋਰਟ 'ਚ ਸੁਣਵਾਈ ਅੱਜ। ਪਿਛਲੀ ਹੀਅਰਿੰਗ 'ਤੇ ਕੋਰਟ ਨੇ ED ਨੂੰ ਜਾਰੀ ਕੀਤਾ ਸੀ ਨੋਟਿਸ। ਐਕਸਾਈਜ਼ ਪਾਲਿਸੀ ਕੇਸ 'ਚ ਤਿਹਾੜ ਜੇਲ੍ਹ 'ਚ ਬੰਦ ਨੇ ਕੇਜਰੀਵਾਲ। ਕੁਵੈਤ ਅਗਨੀਕਾਂਡ 'ਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਲਿਆਂਦੀਆਂ ਜਾ ਰਹੀਆਂ ਨੇ ਦੇਸ਼। ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਕੇਰਲ ਦੇ 23 ਲੋਕ ਸ਼ਾਮਿਲ। ਪੰਜਾਬ ਅਤੇ ਹਰਿਆਣਾ ਦੇ 1-1 ਸ਼ਖਸ ਦੀ ਮੌਤ। G7 ਸੰਮੇਲਨ 'ਚ ਹਿੱਸਾ ਲੈਣ ਇਟਲੀ ਪਹੁੰਚੇ PM ਮੋਦੀ। ਇਟਲੀ ਦੀ PM ਜੋਰਜੀਆ ਮੈਲੋਨੀ ਨਾਲ ਹੋਏਗੀ ਦੁਵੱਲੀ ਗੱਲਬਾਤ। ਅਮਰੀਕਾ ਸਮੇਤ ਹੋਰ ਦੇਸ਼ਾਂ ਨਾਲ ਵੀ ਕਰਨਗੇ ਬੈਠਕ। ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ ਅਜੀਤ ਡੋਵਾਲ। ਤੀਜੀ ਵਾਰ ਬਣਾਏ ਗਏ NSA। ਪਾਕ PK ਮਿਸ਼ਰਾ ਬਣੇ ਰਹਿਣਗੇ PM ਮੋਦੀ ਦੇ ਪ੍ਰਮੁੱਖ ਸਕੱਤਰ। ਚੰਡੀਗੜ੍ਹ 'ਚ ਪਾਰਕਿੰਗ ਦੇ ਨਵੇਂ ਰੇਟ ਤੈਅ। ਪਹਿਲੇ 20 ਮਿੰਟ ਲਈ ਫ੍ਰੀ ਹੋਏਗੀ ਪਾਰਕਿੰਗ। 84 ਪਾਰਕਿੰਗ 'ਚ ਟਾਈਮਿੰਗ ਦੇ ਹਿਸਾਬ ਨਾਲ ਬਣਾਏਗੀ ਰੇਟ ਲਿਸਟ। ਗੁਰਦਾਸ ਮਾਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਰਾਹਤ। ਸ਼ਿਕਾਇਤ ਰੱਦ ਕਰਨ 'ਤੇ ਲਾਈ ਮੋਹਰ। ਇਸ ਤੋਂ ਪਹਿਲਾਂ ਨਕੋਦਰ ਕੋਰਟ 'ਚ ਰੱਦ ਹੋ ਚੁੱਕੀ FIR। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਇੱਕ ਬਿਆਨ ਦਾ ਜ਼ਿਕਰ ਕਰਦੇ ਹਾਂ RSS ਆਗੂ ਇੰਦਰੇਸ਼ ਕੁਮਾਰ ਦਾ। ਦਰਅਸਲ ਜੋ ਚੋਣ ਨਤੀਜੇ ਆਏ ਨੇ ਲੋਕ ਸਭਾ ਦੇ, ਉਸ ਨੂੰ ਲੈ ਕੇ ਇੰਦਰੇਸ਼ ਕੁਮਾਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ BJP ਨੂੰ ਲੈ ਕੇ। ਔਰ ਇੰਦਰੇਸ਼ ਕੁਮਾਰ ਨੇ ਕਿਹਾ ਹੈ ਕਿ BJP ਆਪਣੇ ਹੰਕਾਰ ਕਰਕੇ 240 ਸੀਟਾਂ 'ਤੇ ਰੁਕ ਗਈ। ਇੰਦਰੇਸ਼ ਕੁਮਾਰ ਨੇ ਇੱਥੋਂ ਤੱਕ ਕਿਹਾ ਕਿ ਭਗਵਾਨ ਰਾਮ ਸਾਰਿਆਂ ਨਾਲ ਨਿਆਂ ਕਰਦੇ ਨੇ। ਉਹਨਾਂ ਕਿਹਾ ਕਿ ਪਾਰਟੀ ਨੇ ਘਮੰਡ ਕੀਤਾ ਤਾਂ ਕਰਕੇ ਪੂਰੀ ਤਾਕਤ ਨਹੀਂ ਮਿਲੀ। ਉਹਨਾਂ ਕਿਹਾ ਕਿ ਜੋ ਸ਼ਕਤੀ ਮਿਲਣੀ ਚਾਹੀਦੀ ਸੀ ਉਹ ਸ਼ਕਤੀ BJP ਦੇ ਹੰਕਾਰ ਕਰਕੇ ਰੁਕ ਗਈ। ਉਹਨਾਂ ਕਿਹਾ ਕਿ ਪਾਰਟੀ ਨੇ ਰਾਮ ਦੀ ਭਗਤੀ ਤਾਂ ਕੀਤੀ ਪਰ ਹੰਕਾਰ ਨੇ ਉਹਨਾਂ ਨੂੰ 240 ਸੀਟਾਂ 'ਤੇ ਰੋਕ ਲਿਆ। ਇਸ ਤੋਂ ਪਹਿਲਾਂ RSS ਮੁਖੀ ਮੋਹਨ ਭਾਗਵਤ ਵੀ ਬਿਨਾਂ ਪਾਰਟੀ ਦਾ ਨਾਮ ਲਏ ਕਾਫੀ ਨਸੀਹਤਾਂ ਦੇ ਚੁੱਕੇ ਨੇ। ਉਹਨਾਂ ਵੀ ਹੰਕਾਰ ਨਾ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਹੁਣ ਇੰਦਰੇਸ਼ ਕੁਮਾਰ ਵੱਲੋਂ ਵੀ ਇਹ ਬਿਆਨ ਦਿੱਤਾ। ਪਾਰਟੀ ਨੇ ਭਗਤੀ ਕੀ, ਹੰਕਾਰ ਆਇਆ, ਉਸ ਕੋ 240 ਤੋਂ ਰੋਕ ਗਿਆ ਤੋ ਸੰਸਦ ਬਣ ਗਈ। ਦਿਲ ਕੇ ਅੰਦਰ ਰਾਮ ਕੇ ਅਨਾਸਥਾ ਥੀ, ਅਸ਼ਰਧਾ ਥੀ, ਔਰ ਉਨਕੋ ਸਭ ਕੋ ਲੇਕਰ 234 ਤੋਂ ਰੋਕ ਦਿਆ। ਕਹਾ, ਤੁਮਾਰੀ ਅਨਾਸਥਾ ਕਾ ਯਹੀ ਦੰਡਕ ਮੈਂ ਹੈ ਕਿ ਤੁਮ ਸਫਲ ਨਹੀਂ ਹੋ ਸਕਤੇ। ਇਸਲਿਏ ਜਿਸ ਪਾਰਟੀ ਨੇ ਭਗਤੀ ਕੀ, ਹੰਕਾਰ ਆਇਆ, ਉਸ ਕੋ 240 ਤੋਂ ਰੋਕ ਗਿਆ ਤੋ ਸੰਸਦ ਬਣ ਗਈ। ਦਿਲ ਕੇ ਅੰਦਰ ਰਾਮ ਕੇ ਅਨਾਸਥਾ ਥੀ, ਅਸ਼ਰਧਾ ਥੀ, ਔਰ ਉਨਕੋ ਸਭ ਕੋ ਲੇਕਰ 234 ਤੋਂ ਰੋਕ ਦਿਆ। ਕਹਾ, ਤੁਮਾਰੀ ਅਨਾਸਥਾ ਕਾ ਯਹੀ ਦੰਡਕ ਮੈਂ ਹੈ ਕਿ ਤੁਮ ਸਫਲ ਨਹੀਂ ਹੋ ਸਕਤੇ।
ਤਾਂ ਬੀਜੇਪੀ ਦੇ ਆਰਐਸਐਸ ਦੇ ਆਗੂ ਨੇ ਇੰਦਰੇਸ਼ ਕੁਮਾਰ ਜਿਨ੍ਹਾਂ ਵੱਲੋਂ ਬੀਜੇਪੀ 'ਤੇ ਨਿਸ਼ਾਨੇ ਸਾਧੇ ਗਏ ਨੇ ਔਰ ਇੰਦਰੇਸ਼ ਕੁਮਾਰ ਨੇ ਕਿਹਾ ਹੈ ਕਿ ਬੀਜੇਪੀ ਆਪਣੇ ਹੰਕਾਰ ਕਰਕੇ 240 ਸੀਟਾਂ 'ਤੇ ਰੁਕ ਗਈ ਹੈ। ਉਹਨਾਂ ਕਿਹਾ ਕਿ ਬੀਜੇਪੀ ਨੇ ਰਾਮ ਭਗਤੀ ਤਾਂ ਕੀਤੀ ਪਰ ਆਪਣੇ ਹੰਕਾਰ ਦੀ ਵਜ੍ਹਾ ਨਾਲ ਬੀਜੇਪੀ 240 ਸੀਟਾਂ 'ਤੇ ਹੀ ਰੁਕ ਗਈ। ਖਬਰ ਗਾਂਧੀ ਪਰਿਵਾਰ ਦੇ ਨਾਲ ਜੁੜੀ ਹੋਈ। ਰਾਹੁਲ ਗਾਂਧੀ 2 ਸੀਟਾਂ ਤੋਂ ਚੋਣ ਲੜੇ ਸੀ, ਕੇਰਲ ਦੀ ਵਾਇਨਾਡ ਤੇ ਯੂਪੀ ਦੀ ਰਾਏਬਰੇਲੀ, ਜਿਨ੍ਹਾਂ 'ਚੋਂ ਇੱਕ ਸੀਟ 'ਤੇ ਰਾਹੁਲ ਨੇ ਅਸਤੀਫਾ ਦੇਣ ਦਾ ਫੈਸਲਾ ਲਿਆ ਸੀ, ਕੇਰਲ ਦੀ ਵਾਇਨਾਡ ਸੀਟ। ਔਰ ਹੁਣ ਚਰਚਾਵਾਂ ਇਹ ਨੇ ਕਿ ਉੱਥੋਂ ਪ੍ਰਿਯੰਕਾ ਗਾਂਧੀ ਚੋਣ ਮੈਦਾਨ 'ਚ ਉਤਰ ਸਕਦੇ ਨੇ। ਪ੍ਰਿਯੰਕਾ ਗਾਂਧੀ ਵਾਇਨਾਡ ਸੀਟ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਰਾਹੁਲ ਰਾਏਬਰੇਲੀ ਸੀਟ ਤੋਂ MP ਬਣੇ ਰਹਿਣਗੇ। ਵਾਇਨਾਡ ਸੀਟ ਤੋਂ ਰਾਹੁਲ ਨੇ ਅਸਤੀਫਾ ਦੇਣ ਦਾ ਮਨ ਬਣਾਇਆ ਸੀ ਔਰ ਇਹ ਚੋਣ ਹੁਣ ਜ਼ਿਮਨੀ ਚੋਣ ਜਿਹੜੀ ਹੈ ਇਹ ਪ੍ਰਿਯੰਕਾ ਗਾਂਧੀ ਨੂੰ ਲੜਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹ ਕਾਂਗਰਸ ਲਈ ਐਕਟਿਵਲੀ ਪ੍ਰਚਾਰ ਕਰਦੇ ਨੇ। ਰਾਹੁਲ ਗਾਂਧੀ ਦੋਨਾਂ ਸੀਟਾਂ 'ਤੇ 3.5 ਲੱਖ ਤੋਂ ਵੱਧ ਦੇ ਮਾਰਜਨ ਦੇ ਨਾਲ ਜਿੱਤੇ ਨੇ, ਇੱਕ ਯੂਪੀ ਦੀ ਰਾਏਬਰੇਲੀ ਸੀਟ ਔਰ ਦੂਸਰੀ ਕੇਰਲ ਦੀ ਵਾਇਨਾਡ ਸੀਟ। ਪਰ ਹੁਣ ਕਿਉਂਕਿ ਦੋਨੇ ਸੀਟਾਂ 'ਤੇ ਤੁਸੀਂ MP ਰਹਿ ਨਹੀਂ ਸਕਦੇ, ਇੱਕ ਸੀਟ ਛੱਡਣੀ ਹੁੰਦੀ ਹੈ ਜੇ ਦੋਨੇ ਸੀਟਾਂ 'ਤੇ ਜਿੱਤੇ ਹੋ, ਤਾਂ ਰਾਹੁਲ ਗਾਂਧੀ ਵਾਇਨਾਡ ਸੀਟ ਛੱਡ ਰਹੇ ਨੇ ਪਰ ਉੱਥੇ ਪਾਰਟੀ ਪ੍ਰਿਯੰਕਾ ਗਾਂਧੀ ਨੂੰ ਚੋਣ ਲੜਾਉਣ ਬਾਰੇ ਵਿਚਾਰ ਕਰ ਰਹੀ ਹੈ। ਅਤੇ ਜ਼ਿਕਰ ਅਕਾਲੀ ਦਲ ਦੀ ਕੋਰ ਕਮੇਟੀ ਦਾ, ਬੇਸ਼ੱਕ ਅਕਾਲੀ ਦਲ ਦੇ ਅੰਦਰੋਂ ਆਵਾਜ਼ਾਂ ਉੱਠੀਆਂ ਨੇ ਪਰ ਕੋਰ ਕਮੇਟੀ ਨੇ ਇੱਕ ਸੁਰ ਦੇ ਵਿੱਚ ਸੁਖਬੀਰ ਬਾਦਲ ਦੀ ਅਗਵਾਈ 'ਤੇ ਭਰੋਸਾ ਜਤਾਇਆ ਔਰ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ ਗਿਆ। ਕੋਰ ਕਮੇਟੀ ਨੇ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨ ਬਣੇ ਰਹਿਣਗੇ। ਤਾਰੀਫ ਕੀਤੀ ਗਈ ਬਕਾਇਦਾ ਇੱਕ ਬਿਆਨ ਜਾਰੀ ਕਰਕੇ ਕੋਰ ਕਮੇਟੀ ਵੱਲੋਂ ਔਰ ਉਸ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਦਲੇਰਾਨਾ ਰੂਪ ਦੇ ਵਿੱਚ ਨਿਰਸਵਾਰਥ ਹੋ ਕੇ ਫੈਸਲੇ ਪਾਰਟੀ ਦੇ ਹਿੱਤ 'ਚ ਲਏ ਨੇ ਅਤੇ ਨਿੱਜੀ ਕੁਰਬਾਨੀਆਂ ਦਿੱਤੀਆਂ ਨੇ, ਇਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਅਤੇ ਪਾਰਟੀ ਵਾਸਤੇ ਮਾਣ ਦੀ ਗੱਲ ਹੈ। ਸੁਖਬੀਰ ਬਾਦਲ ਪਾਰਟੀ ਆਗੂਆਂ ਨਾਲ 1-to-1 ਮੀਟਿੰਗਾਂ ਅਗਲੇ ਦਿਨਾਂ ਦੇ ਵਿੱਚ ਕਰਨਗੇ ਔਰ ਅਕਾਲੀ ਦਲ ਦੀ ਇੱਕ ਨਵੀਂ ਅਨੁਸ਼ਾਸਨੀ ਕਮੇਟੀ ਬਣਾਈ ਜਾਏਗੀ। ਮੌਜੂਦਾ ਕਮੇਟੀ ਦੇ ਚੇਅਰਮੈਨ ਕਿਉਂਕਿ ਸਿਕੰਦਰ ਸਿੰਘ ਮਲੂਕਾ ਨੇ ਔਰ ਸਿਕੰਦਰ ਸਿੰਘ ਮਲੂਕਾ ਪਹਿਲਾਂ ਹੀ ਘਰ ਬੈਠੇ ਨੇ, ਚੋਣਾਂ ਦੇ ਵਿੱਚ ਉਹ ਕਿਧਰੇ ਵੀ ਸਰਗਰਮ ਨਜ਼ਰ ਨਹੀਂ ਆਏ, ਨਾ ਹੀ ਅਕਾਲੀ ਲਈ ਉਹਨਾਂ ਕੋਈ ਪ੍ਰਤੀਨਿਧ ਦੇ ਤਰੀਕੇ ਨਾਲ ਡਾਇਰੈਕਟ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਬਹੁਤ ਗੱਲਾਂ ਕਹੀਆਂ ਸਿਕੰਦਰ ਸਿੰਘ ਮਲੂਕਾ ਨੇ ਪਿਛਲੇ ਦਿਨੀ। ਕੋਰ ਕਮੇਟੀ ਦਾ ਵੀ ਉਹ ਕੱਲ੍ਹ ਹਿੱਸਾ ਨਹੀਂ ਬਣੇ, ਸੋ ਹੁਣ ਨਵੀਂ ਅਨੁਸ਼ਾਸਨੀ ਕਮੇਟੀ ਦੀ ਗੱਲ, ਉਸ ਅਨੁਸ਼ਾਸਨੀ ਕਮੇਟੀ ਦਾ ਹਿੱਸਾ ਨਹੀਂ ਹੋਣਗੇ। ਸੋ ਇਹ ਜਿਹੜੇ ਸੀ ਇਹ ਬਿਆਨ ਕੱਲ੍ਹ ਪਾਰਟੀ ਵੱਲੋਂ ਕੁਰਬਾਦ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ, ਇੱਕ ਖੁੱਲ੍ਹਾ ਖੱਤ ਲਿਖਿਆ ਗਿਆ ਸੀ ਪਾਰਟੀ ਪ੍ਰਧਾਨ ਦੇ ਨਾਮ ਔਰ ਇਹ ਕਿਹਾ ਗਿਆ ਸੀ ਕਿ ਇੱਕ ਬਣਾਉਣੀ ਚਾਹ ਪਾਰਟੀ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਸਾਰੇ ਫੈਸਲੇ ਲਏ ਅਤੇ ਜਦੋਂ ਤੱਕ ਅਗਲੇ ਪ੍ਰਧਾਨ ਦੀ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਪਾਰਟੀ ਪੰਚ ਪ੍ਰਧਾਨੀ ਚਲਾਵੇ। ਪਰ ਚਰਨਜੀਤ ਸਿੰਘ ਬਰਾੜ ਦੇ ਇਸ ਸੁਝਾਅ 'ਤੇ ਕੋਈ ਚਰਚਾ ਨਹੀਂ ਹੋਈ, ਨਾ ਹੀ ਕਿਸੇ ਨੇ ਕੋਈ ਗੱਲਬਾਤ ਕੀਤੀ, ਨਾ ਹੀ ਉਸ ਬਾਰੇ ਕੋਈ ਬਾਹਰ ਆ ਕੇ ਬਿਆਨ ਦਿੱਤਾ। ਸਿਰਫ ਇਹ ਕਿਹਾ ਗਿਆ ਕਿ ਉਹਨਾਂ ਨੂੰ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਪੂਰਨ ਭਰੋਸਾ ਹੈ। ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਵਿਸਥਾਰ ਦੇ ਵਿੱਚ ਡਿਟੇਲਡ
ਅਸੀਂ ਸਮੀਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੁਅਲੀ ਵੀ ਇਨ ਗਰੁੱਪਸ ਵੀ ਸਾਰੀਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਅਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ। ਦੇਖੋ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ, ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਹੈ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਫਤਵਾ ਉਹਨਾਂ ਦਾ ਉਸਰੇ ਮੱਥੇ ਸਵੀਕਾਰ ਕੀਤਾ। ਡਿਟੇਲ ਜਿਹੜੇ ਹੈਗੇ ਆ ਹਾਲੇ ਤੇ ਕਈ ਦਿਨ ਮੀਟਿੰਗਾਂ ਚੱਲਣਗੀਆਂ। ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ, ਉਹ ਜਿਹੜੀ ਡਿਸਿਪਲਿਨਰੀ ਕਮੇਟੀ ਕੱਲ ਨੂੰ ਨਵੇਂ ਸਿਰੇ ਤੋਂ ਬਣ ਜਾਏਗੀ, ਉਹ ਸਾਰੀ ਜਿਹੜੀ ਕੋਈ ਕਿਸੇ ਦੀ ਸ਼ਿਕਾਇਤ ਹੈ ਉਹਨੂੰ ਰੱਖ ਨਹੀਂ ਹੋਰ ਹਾਲੇ ਕੋਈ। ਪਾਰਟੀ ਪ੍ਰਧਾਨ ਨੂੰ ਇਹ ਵੀ ਕਿਹਾ ਗਿਆ ਵੀ ਕਈ ਲੋਕ ਕਹਿ ਰਹੇ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਹਟਾਇਆ ਜਾਵੇ? ਨਹੀਂ, ਅੱਜ ਨਾ ਪਾਰਟੀ ਪ੍ਰਧਾਨ ਬਾਰੇ ਨਾ ਕਿਸੇ ਹੋਰ ਲੀਡਰਸ਼ਿਪ ਬਾਰੇ ਹੋਰ ਕੋਈ ਚਰਚਾ ਹੀ ਨਹੀਂ ਹੋਈ। ਅੱਜ ਤਾਂ ਸਿਰਫ ਚਰਚਾ ਜੇ ਹੋਈ ਆ ਕਿ ਪਾਰਟੀ ਨੂੰ ਕੀ ਕਾਰਨ ਬਣੇ ਨੇ, ਉਹਨਾਂ ਨੂੰ ਕਿਹੜੀ ਨੀਤੀ ਕਿਹੜਾ ਪ੍ਰੋਗਰਾਮ ਸਾਨੂੰ ਬਣਾਉਣਾ ਚਾਹੀਦਾ, ਉਹਦੇ ਲਈ ਤੁਹਾਨੂੰ ਇਕੱਲੇ ਇਕੱਲੇ ਰਹਿ ਦੇਣੀ ਹੋਊਗੀ। ਕੁੱਲ ਮਿਲਾ ਕੇ ਤਾਂ ਜਿਹੜੀ ਚਰਚਾ ਹੋਈ ਆ ਉਹ ਤਾਂ ਚੋਣਾਂ ਵਿੱਚ ਇਕੱਲੇ ਇਕੱਲੇ ਹਲਕੇ ਵਿੱਚ ਕੀ ਵਾਪਰਿਆ ਕਿਵੇਂ ਹੋਇਆ ਇਹ ਆਪਣੀ ਆਪਣੀ ਹਰ ਇੱਕ ਨੇ ਹੱਡ ਬੀਤੀ ਸੁਣਾਈ ਆ। ਚਰਨਜੀਤ ਬਰਾੜ ਦੇ ਚਿੱਠੀ ਨੂੰ ਲੈ ਕੇ ਗੱਲ ਹੋਈ ਕਿ ਚਰਨਜੀਤ ਬਰਾੜ ਦਾ ਸਰੇਆਮ ਕਹਿ ਰਹੇ? ਚਰਨਜੀਤ ਬਰਾੜ ਦੀ ਚਿੱਠੀ ਵਾਲੀ ਕੋਈ ਗੱਲ ਨਹੀਂ ਹੋਈ, ਉਹ ਤਾਂ ਜਿੰਨੀਆਂ ਵੀ ਸ਼ਿਕਾਇਤਾਂ ਜਾਂ ਸ਼ਿਕਵੇ ਆ ਜਿਹਦੇ ਵੱਲੋਂ ਵੀ ਹੈ ਉਹ ਇੱਕ ਅਨੁਸ਼ਾਸਨੀ ਕਮੇਟੀ ਬਣਾ ਦੇਣਗੇ ਪਾਰਟੀ ਪ੍ਰਧਾਨ ਨੂੰ ਕਿਹਾ ਅਤੇ ਉਹਦੇ 'ਚ ਰੱਖ ਕੇ ਉਹ ਸ਼ਿਕਾਇਤਾਂ ਵਾਲੇ ਤੋਂ ਵੀ ਸੁਣਨਗੇ ਅਤੇ ਕਮੇਟੀ ਵੀ ਫੈਸਲਾ ਕਰੂਗੀ ਅਤੇ ਉਹਦੇ ਸਾਹਮਣੇ ਫਿਰ ਫੈਸਲਾ ਕੀਤਾ ਜਾਊਗਾ। ਹੁਣ ਪਾਰਟੀ ਪ੍ਰਧਾਨ ਲੋਕਾਂ ਨੂੰ ਮਿਲਣਗੇ ਵੱਖ ਵੱਖ ਹਲਕਿਆਂ 'ਚ ਜਾਣਗੇ ਆਪਣੇ ਜ਼ਿਲ੍ਹਾ ਪ੍ਰਧਾਨ? ਹਲਕਿਆਂ 'ਚ ਜਾਣਾ ਕੋਈ ਜ਼ਰੂਰੀ ਨਹੀਂ ਹੈ, ਜਿਹੜੇ ਸੀਨੀਅਰ ਬੰਦੇ ਆ ਉਹਨਾਂ ਨਾਲ ਬੁਲਾ ਕੇ ਜਿਹਨੂੰ ਉਹ ਠੀਕ ਸਮਝਣਗੇ ਉਹਨਾਂ ਨਾਲ ਰਾਏ ਕਰ ਲੈਣਗੇ, ਫਿਰ ਇਕੱਠੇ ਕਰਕੇ ਵੀ ਰਾਏ ਕਰ ਸਕਦੇ ਹਾਂ, ਫਿਰ ਕੋਈ ਕਮੇਟੀ ਬਣਾ ਕੇ ਇੱਕ ਪ੍ਰੋਗਰਾਮ ਨੀਤੀ ਤੈਅ ਕੀਤੀ ਜਾ ਸਕਦੀ ਹੈ, ਖਰੜਾ ਤਿਆਰ ਕੀਤਾ ਜਾ ਸਕਦਾ। ਉਹ ਖਰੜਾ ਫਿਰ ਜਿਹੜੀ ਫਾਰਮਲ ਮੀਟਿੰਗ ਹੋਏਗੀ, ਕਿਉਂਕਿ ਅੱਜ ਤਾਂ ਗੈਰ ਰਸਮੀ ਮੀਟਿੰਗ ਸੀ, ਜਿਹੜੀ ਰਸਮੀ ਮੀਟਿੰਗ ਹੋਊਗੀ ਫਾਰਮਲ ਮੀਟਿੰਗ ਹੋਏਗੀ, ਫਾਰਮਲ ਮੀਟਿੰਗ ਦੇ ਵਿੱਚ ਉਹ ਖਰੜਾ ਰੱਖ ਕੇ ਫਿਰ ਪਾਸ ਕੀਤਾ ਜਾਊਗਾ, ਉਹਦੇ 'ਤੇ ਪਾਰਟੀ ਸਟੈਂਡ ਕਰੇਗੀ। ਇਹ ਵੀ ਹੋਏਗਾ ਕਿਸੇ ਪਾਰਟੀ ਨਾਲ ਗੱਠਜੋੜ ਜਾਂ ਬੀਜੇਪੀ ਦੇ ਨਾਲ ਨਹੀਂ ਹੋਇਆ? ਦੇਖੋ ਇਹ ਤਾਂ ਆਪਣੀ ਆਪਣੀ ਬੰਦੇ ਗੱਲਾਂ ਕਰਦੇ ਨੇ, ਪਰ ਹੋਏ ਤਾਂ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ। ਗੱਲ ਤਾਂ ਕੁੱਲ ਮਿਲਾ ਕੇ ਆ ਵੀ ਅਸੀਂ ਅਕਾਲੀ ਦਲ ਨੂੰ ਇੱਕ ਸਪਸ਼ਟ ਕਲੀਅਰ ਕੱਟ ਪਾਲਿਸੀ ਜਿਹੜੀ ਆ ਸਾਹਮਣੇ ਲਿਆਉਣੀ ਪਏਗੀ। ਇਸ ਦੇ ਨਾਲ ਹੀ ਇੱਕ ਹੋਰ ਆਗੂ ਜਿਨ੍ਹਾਂ ਦਾ ਅੱਜ ਕੱਲ੍ਹ ਜ਼ਿਕਰ ਹੋ ਰਿਹਾ ਕਾਂਗਰਸ ਦੇ, ਉਹਨੇ ਸੁੰਦਰ ਸ਼ਾਮ ਅਰੋੜਾ, ਕਿਉਂਕਿ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਸੁੰਦਰ ਸ਼ਾਮ ਅਰੋੜਾ ਦੇ ਘਰ ਗਏ ਸੀ ਔਰ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਗਏ ਨੇ। ਸੋ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਕਾਂਗਰਸ ਪਾਰਟੀ ਦੇ ਵਿੱਚ ਅਰੋੜਾ ਵਾਪਸੀ ਕਰ ਸਕਦੇ ਨੇ, ਜਿਸ ਤਰੀਕੇ ਨਾਲ ਕਾਂਗਰਸ ਲੀਡਰਾਂ ਦਾ ਉਹਨਾਂ ਦੇ ਘਰ ਆਵਾਗਮਨ ਹੋ ਰਿਹਾ। ਸੁੰਦਰ ਸ਼ਾਮ ਅਰੋੜਾ ਨੂੰ ਚਰਨਜੀਤ ਸਿੰਘ ਚੰਨੀ ਮਿਲੇ ਨੇ ਕੱਲ੍ਹ ਦੇਰ ਸ਼ਾਮ, ਚਰਨਜੀਤ ਚੰਨੀ ਅਰੋੜਾ ਦੇ ਘਰ ਪਹੁੰਚੇ ਸੀ ਔਰ ਚੰਨੀ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ। ਦੋ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਸੀ ਔਰ ਹੁਣ ਚਰਨਜੀਤ ਚੰਨੀ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਹੈ। ਪਿਛਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀ ਕਾਂਗਰਸ ਪਾਰਟੀ ਛੱਡ ਕੇ। ਕਾਂਗਰਸ ਸਰਕਾਰ ਦੇ ਵਿੱਚ ਉਹ 2017 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਮਿਨਿਸਟਰ ਰਹੇ ਨੇ। ਇੰਡਸਟਰੀ ਮਹਿਕਮਾ ਉਹਨਾਂ ਦੇ ਕੋਲ, ਉਦਯੋਗ ਮਹਿਕਮਾ ਰਿਹਾ ਹੈ ਔਰ ਪਿਛਲੇ ਦਿਨੀਂ ਵਿਜੀਲੈਂਸ ਦਾ ਸ਼ਿਕੰਜਾ ਅਰੋੜਾ 'ਤੇ ਕੱਸਿਆ ਸੀ, ਜਿਸ ਵੇਲੇ ਅਰੋੜਾ 'ਤੇ ਇੱਕ ਵਿਜੀਲੈਂਸ ਦੇ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮੌਕੇ 'ਤੇ ਉੱਥੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਔਰ ਉਸ ਕੇਸ ਦੇ ਵਿੱਚ ਅਰੋੜਾ ਜ਼ਮਾਨਤ 'ਤੇ ਬਾਹਰ। ਕਿ ਮੈਂ ਤੁਹਾਨੂੰ ਪਤਾ ਮੇਰੇ ਵੱਡੇ ਭਾਈ ਹੈ, ਬੜਾ ਪੁਰਾਣੀ ਸਾਂਝ ਹੈ ਸਾਡੀ,
ਤਾਂ ਇਕੱਠੇ MLA ਰਹੇ ਹੈ, ਇਕੱਠੇ ਮੰਤਰੀ ਰਹੇ ਹੈ। ਸੋ ਇਸ ਕਰਕੇ ਜਦ ਵੀ ਮੈਂ ਲੰਘਦਾ ਵੜਦਾ ਤਾਂ ਇਹਨਾਂ ਦੇ ਘਰ ਆ ਕੇ ਜ਼ਰੂਰ ਰੁਕ ਕੇ ਜਾਂਦਾ। ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ? ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਤਕਰੀਬਨ 2.25 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ। ਇਹ ਜਿਹੜਾ ਝਾੜੂ ਹੈ ਇਹ ਤੀਲੇ ਤੀਲੇ ਹੋ ਗਿਆ, ਲੋਕ ਅੱਕ ਚੁੱਕੇ, ਇਹਨਾਂ ਤੋਂ ਥੱਕ ਚੁੱਕੇ ਹੈ ਅਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਅਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ। ਮੈਨੂੰ ਲੋਕਾਂ ਨੇ ਬਹੁਤ ਹੁੰਗਾਰਾ ਦਿੱਤਾ, ਬੜਾ ਪਿਆਰ ਦਿੱਤਾ, ਮੈਂ ਲੋਕਾਂ ਦਾ ਬੜਾ ਧੰਨਵਾਦ। ਉਹ ਕਈ ਵਾਰ ਨਾ ਕੋਈ ਇੰਸੀਡੈਂਸ ਹੋ ਜਾਂਦਾ ਕਿ ਉਹ ਵੀ ਲੰਘਦੇ ਵੜਦੇ ਰੁਕੇ ਅਤੇ ਮੈਂ ਵੀ। ਤਾਂ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਪਹਿਲਾਂ ਪ੍ਰਤਾਪ ਬਾਜਵਾ ਗਏ ਸੀ ਸੁੰਦਰ ਸ਼ਾਮ ਅਰੋੜਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਤੇ ਹੁਣ ਚਰਨਜੀਤ ਚੰਨੀ ਗਏ ਨੇ। ਹਾਲਾਂਕਿ ਦੋਵਾਂ ਹੀ ਨੇਤਾਵਾਂ ਨੇ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਹੈ। ਸੁੰਦਰ ਸ਼ਾਮ ਅਰੋੜਾ ਦਾ ਇਹ ਘਰ ਹੈ ਜਿੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਚਰਨਜੀਤ ਚੰਨੀ ਪਹੁੰਚੇ ਨੇ। ਕੱਲ੍ਹ ਦੇਰ ਸ਼ਾਮ ਚੰਨੀ ਪਹੁੰਚੇ ਸੀ, ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਗਏ ਸੀ। ਪ੍ਰਤਾਪ ਸਿੰਘ ਬਾਜਵਾ ਨੇ ਉਸ ਵੇਲੇ ਬਾਹਰ ਆ ਕੇ ਕੀ ਕਿਹਾ ਸੀ ਉਹ ਵੀ ਸੁਣਦੇ ਹਾਂ। ਮੇਰੇ ਮੈਂ ਆਪਣੇ ਘਰ ਆਇਆ, ਸ਼ਾਮ ਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ, ਪੁਰਾਣੇ ਕੁਲੀਗ ਨੇ, ਹੁਣ ਵੀ ਕੁਲੀਗ ਨੇ, ਪਾਰਟੀ ਭਾਵੇਂ ਕੋਈ ਹੋਏ। ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਉਹ ਹਮੇਸ਼ਾ ਕਾਇਮ ਰਹਿੰਦੇ। ਸੋ ਹੀ ਇਜ਼ ਲਾਈਕ ਮਾਈ ਯੰਗ ਬ੍ਰਦਰ। ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅਤ ਠੀਕ ਨਹੀਂ ਸੀ, ਅਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ 'ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕ ਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ। ਸੋ ਮੈਂ ਵਾਅਦਾ ਹੀ ਆਪਣਾ ਪੂਰਾ ਕੀਤਾ। ਇਸ ਤੋਂ ਵੱਧ ਇਹਦੇ 'ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੇ ਮੇਰੀ ਸੁਣੋ, ਕਦੀ ਅਸੀਂ ਨਾ ਤਾਂ ਘਰ ਵਾਪਸੀ ਦੀ ਗੱਲ ਕੀਤੀ ਹੈ। ਘਰ ਵਾਪਸੀ ਤਾਂ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤਾਂ ਆਪੇ ਵਿਚਾਰਨਗੇ। ਅੱਜ ਘਰ ਵਾਪਸੀ ਦੀ ਮੈਂ ਤਾਂ ਇਹਨਾਂ ਦਾ ਹਾਲ ਹੀ ਪੁੱਛਿਆ। ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ। ਬਹੁਤ ਸਾਰੇ ਮੇਰੇ ਦੋਸਤ ਨੇ, ਕੋਈ ਅਕਾਲੀ ਦਲ 'ਚ ਨੇ, ਕੋਈ ਭਾਜਪਾ 'ਚ ਨੇ, ਕੋਈ ਕਾਂਗਰਸ 'ਚ ਨੇ। ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲ ਆਪਣਾ ਰੱਖਦੇ ਹਾਂ, ਮਿਲ ਕੇ ਰੱਖਦੇ ਹਾਂ, ਕਿਉਂਕਿ ਇਹ ਜ਼ਰੂਰੀ ਥੋੜ੍ਹਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ। ਕੋਈ ਅੱਜ ਕੋਈ ਸਿਆਸੀ ਟੌਪਿਕ 'ਤੇ ਡਿਸਕਸ਼ਨ ਨਹੀਂ ਹੋਈ, ਨਿਰੀ ਪਰਿਵਾਰਕ ਗੱਲ ਸੀ। ਅਤੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ। 21 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ, ਯਾਨੀ ਇੱਕ ਹਫ਼ਤੇ ਦਾ ਸਮਾਂ ਹੁੰਦਾ। ਇੱਕ ਹਫ਼ਤਾ ਇਹ ਨਾਮਜ਼ਦਗੀਆਂ ਚੱਲਣੀਆਂ ਨੇ। 10 ਜੁਲਾਈ ਨੂੰ ਵੋਟਿੰਗ ਦਾ ਦਿਨ ਰੱਖਿਆ ਗਿਆ। ਚੋਣ ਕਮਿਸ਼ਨ ਨੇ 10 ਜੁਲਾਈ ਦੀ ਤਰੀਕ ਨਿਰਧਾਰਿਤ ਕੀਤੀ ਹੈ ਜਿਸ ਦਿਨ ਵੋਟਾਂ ਪੈਣੀਆਂ ਨੇ ਔਰ 13 ਜੁਲਾਈ ਨੂੰ ਨਤੀਜੇ ਆ ਜਾਣੀਆਂ। ਜਲੰਧਰ ਵੈਸਟ ਉਹ ਸੀਟ ਹੈ ਜਿੱਥੇ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸੀ, ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੁਰਾਲ BJP ਦੇ ਵਿੱਚ ਸ਼ਾਮਿਲ ਹੋ ਗਏ ਸੀ। ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ। ਸੋ ਹੁਣ ਇਸ ਸੀਟ 'ਤੇ ਕਿਉਂਕਿ ਸੀਟ ਖਾਲੀ ਹੋਈ, ਹਾਲਾਂਕਿ ਕੋਸ਼ਿਸ਼ ਕੀਤੀ ਸ਼ੀਤਲ ਅੰਗੁਰਾਲ ਨੇ ਅਸਤੀਫਾ ਵਾਪਸ ਲੈਣ ਦੀ, ਪਰ ਉਦੋਂ ਤੱਕ ਅਸਤੀਫਾ ਮਨਜ਼ੂਰ ਹੋ ਚੁੱਕਿਆ ਸੀ ਅਤੇ ਸੀਟ ਖਾਲੀ ਕਰਾਰ ਦਿੱਤੀ ਜਾ ਚੁੱਕੀ ਸੀ। ਜਿਸ ਤੋਂ ਬਾਅਦ ਜ਼ਿਮਨੀ ਚੋਣ ਦਾ ਵੀ ਐਲਾਨ ਹੋ ਗਿਆ। 10 ਜੁਲਾਈ ਨੂੰ ਇਸ ਸੀਟ 'ਤੇ ਚੋਣ ਹੋਣੀ ਹੈ, ਪਰ ਹਾਲੇ ਤੱਕ ਪੰਜਾਬ ਦੀ ਕਿਸੇ ਵੀ ਪਾਰਟੀ ਨੇ ਇਸ ਜ਼ਿਮਨੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਅਤੇ ਪਾਕਿਸਤਾਨ ਦੀ ਸੰਸਦ ਦੇ ਵਿੱਚ ਭਾਰਤੀ ਚੋਣਾਂ ਦੀ ਤਾਰੀਫ ਹੋਈ ਹੈ। ਇਮਰਾਨ ਖਾਨ ਦੀ ਪਾਰਟੀ ਦੇ MP
ਸਿਬਲੀ ਫਰਾਜ਼ ਨੇ ਇਹ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ 'ਚ ਹੋਈਆਂ ਚੋਣਾਂ 'ਚ ਤਾਂਦਲੀ ਹੋਈ। ਸਿਬਲੀ ਫਰਾਜ਼ ਵੱਲੋਂ ਇਹ ਬਿਆਨ ਦਿੱਤਾ ਗਿਆ, ਪਰ ਉਹਨਾਂ ਕਿਹਾ ਕਿ ਭਾਰਤ 'ਚ ਜੋ ਚੋਣਾਂ ਹੋਈਆਂ ਨੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਤਾਂਦਲੀ ਨਹੀਂ ਹੋਈ। ਉਹਨਾਂ ਕਿਹਾ ਕਿ ਹਿੰਦੁਸਤਾਨ 'ਚ ਪੂਰਾ ਇਲੈਕਸ਼ਨ EVM ਦੇ ਨਾਲ ਹੋਇਆ ਹੈ। ਉਹਨਾਂ ਕਿਹਾ ਕਿ ਕੀ ਭਾਰਤ 'ਚ ਚੋਣ ਨਤੀਜਿਆਂ ਨੂੰ ਲੈ ਕੇ ਇੱਕ ਵੀ ਆਵਾਜ਼ ਉੱਠੀ ਹੈ। ਉਹਨਾਂ ਕਿਹਾ ਕਿ ਕੀ ਸਾਡੇ ਦੇਸ਼ ਪਾਕਿਸਤਾਨ ਦੇ ਵਿੱਚ ਅਜਿਹਾ ਹੋਏਗਾ ਕਿ ਪਾਕਿਸਤਾਨ 'ਚ ਵੀ ਬਿਨਾਂ ਕਿਸੇ ਤਾਂਦਲੀ ਦੇ ਚੋਣਾਂ ਹੋ ਸਕਦੀਆਂ ਨੇ? ਇਹ ਸਵਾਲ ਚੱਕੇ ਗਏ ਇਮਰਾਨ ਖਾਨ ਦੀ ਪਾਰਟੀ ਦੇ MP ਵੱਲੋਂ। Want to quote the example of our enemy country. Abhi elections hue hain wahan pe 800 million se zyada logon ne vote kiya hai. Kitne hazaron polling stations the, lakhon polling stations the. Ek jagah pe ek banda rehta tha, uske liye bhi polling station banaya unhone. ایک مہینے کا دورانیہ تھا اس پورے الیکشن کا, EVM کے ذریعے بنایا, کنڈکٹ کیا. ایک آواز اٹھی ہے کہ الیکشن رگ تھا, انتقال اقتدار کیسے ہوا. جناب چیئرمین, ہم بھی اس صف میں شامل ہونا چاہتے ہیں کہ یہ ملک ہمیشہ اسی لیجیٹیمیسی کی جنگ لڑتا رہا ہو کہ الیکشن جیتا ہے, یہ جیتا ہے, وہ نہیں مانتا, ہارنے والا بھی نہیں مانتا, ہو جیتنے والا کہتا ہے کہ جی میں جیت گیا ہوں. اس قسم کی چیز ہمارے پولیٹیکل سسٹم کو بالکل ہی اس نے کھوکھلا کر دیا ہے. اروند کیجریوال دی ضمانت پٹیشن تے اج سنوائی ہونی ہے. راؤز وینیو کورٹ دے وچ یہ پٹیشن لگی ہوئی ہے. پچھلی ہیئرنگ تے کورٹ نے ED نو نوٹس جاری کیتا سی. ایکسائز پالیسی معاملے دے وچ اروند کیجریوال تہاڑ جیل دے وچ بند نے, اور ریگولر بیل دے لئی ਉਹਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ. ਉਹਨਾਂ ਨੂੰ ਚੋਣ ਪ੍ਰਚਾਰ ਦੇ ਲਈ ਕੁਛ ਦਿਨਾਂ ਦੀ ਮੁਹਲਤ ਮਿਲੀ ਸੀ, ਔਰ 2 ਤਰੀਕ ਨੂੰ ਵਾਪਸ ਉਹਨਾਂ ਵੱਲੋਂ, ਜਿਸ ਦਿਨ 1 ਤਰੀਕ ਨੂੰ ਵੋਟਿੰਗ ਹੋਈ ਸੀ ਦੇਸ਼ ਦੇ ਵਿੱਚ, 2 ਤਰੀਕ ਨੂੰ ਵਾਪਸ ਉਹਨਾਂ ਨੂੰ ਤਿਹਾੜ ਜੇਲ੍ਹ ਸਰੈਂਡਰ ਕਰਨਾ ਪਿਆ ਸੀ. ਸੋ ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਬੰਦ ਨੇ, ਔਰ ਉਹਨਾਂ ਦੀ ਰੈਗੂਲਰ ਬੇਲ ਦੀ ਅਰਜ਼ੀ 'ਤੇ ਸੁਣਵਾਈ ਅੱਜ ਦਿੱਲੀ ਦੀ ਰਾਊਜ਼ ਵੈਨਿਊ ਕੋਰਟ ਦੇ ਵਿੱਚ ਹੋਈ. ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਪਹੁੰਚੇ ਨੇ G7 ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ. ਭਾਰਤ ਸਪੈਸ਼ਲ ਇਨਵਾਈਟੀ ਹੈ ਇਸ ਸੰਮੇਲਨ ਦੇ ਵਿੱਚ, ਔਰ ਇਟਲੀ ਦੀ ਪ੍ਰਧਾਨ ਮੰਤਰੀ ਦੇ ਨਾਲ PM ਮੋਦੀ ਦੀ ਦੁਵੱਲੀ ਗੱਲਬਾਤ ਹੋਏਗੀ. ਇਸ ਦੇ ਨਾਲ ਨਾਲ ਅਮਰੀਕਾ ਸਮੇਤ ਹੋਰ ਵੀ ਕਈ ਦੇਸ਼ਾਂ ਦੇ ਨਾਲ ਬੈਠਕਾਂ ਹੋਣਗੀਆਂ. ਤੀਸਰੀ ਵਾਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ, ਲਗਾਤਾਰ ਤੀਸਰੀ ਵਾਰ ਹੈਟ੍ਰਿਕ ਮਾਰੀ ਹੈ ਉਹਨਾਂ ਨੇ, ਔਰ ਇਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਪਹਿਲਾ ਵਿਦੇਸ਼ ਦੌਰਾ ਹੈ. ਬ੍ਰਿਟੇਨ ਦੇ PM ਰਿਸ਼ੀ ਸੁਨਕ ਵੀ ਇਟਲੀ ਪਹੁੰਚੇ ਹੋਏ ਨੇ. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਕੈਨੇਡਾ ਦੇ PM ਜਸਟਿਨ ਟਰੂਡੋ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ, ਉਹ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ. ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ. ਅਤੇ ਕੁਵੈਤ ਦੇ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਦੇਸ਼ ਲਿਆਂਦੀਆਂ ਜਾ ਰਹੀਆਂ ਨੇ. ਵਿਸ਼ੇਸ਼ ਜਹਾਜ਼ ਇਸ ਦੇ ਲਈ ਭੇਜਿਆ ਗਿਆ ਹੈ, ਔਰ ਵਿਸ਼ੇਸ਼ ਜਹਾਜ਼ ਦੇ ਰਾਹੀਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਿਆਂਦਾ ਜਾਏਗਾ. ਹਵਾਈ ਸੈਨਾ ਦਾ ਇਹ ਵਿਸ਼ੇਸ਼ ਜਹਾਜ਼ ਹੈ, ਔਰ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਜਿਹੜੇ ਨੇ ਉਹ ਇਸ ਜਹਾਜ਼ ਦੇ ਵਿੱਚ ਮੌਜੂਦ ਰਹਿਣਗੇ. 45 ਭਾਰਤੀਆਂ ਦੀ ਮੌਤ ਹੋਈ ਸੀ ਪਿਛਲੇ ਦਿਨੀਂ ਕੁਵੈਤ ਦੇ ਵਿੱਚ, ਜਿਹੜੀ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ ਸੀ, ਔਰ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸੀ ਭਾਰਤੀ ਲੋਕ ਸੀ ਜਿਹੜੇ ਮਾਰੇ ਗਏ ਸੀ. ਕੇਰਲ ਦੇ 23 ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ, ਤਾਮਿਲਨਾਡੂ ਦੇ 7 ਨੇ, ਪੰਜਾਬ ਅਤੇ ਹਰਿਆਣਾ ਤੋਂ ਵੀ ਇੱਕ ਇੱਕ ਸ਼ਖਸ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ
ਗਈ ਹੈ। ਕੀਰਤੀ ਵਰਧਨ ਵਿਦੇਸ਼ ਰਾਜ ਮੰਤਰੀ ਨੇ ਇਹ ਇਸ ਜੋ ਤਸਵੀਰ ਅਸੀਂ ਦਿਖਾ ਰਹੇ ਹਾਂ ਇਸ ਵਿਸ਼ੇਸ਼ ਜਹਾਜ਼ ਦੇ ਰਾਹੀਂ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਥੇ ਭਾਰਤ ਲਿਆਂਦਾ ਜਾਏ। ਏਅਰਪੋਰਟ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਨੇ ਜਿੱਥੇ ਇਹ ਵਿਸ਼ੇਸ਼ ਜਹਾਜ਼ ਪਹੁੰਚਣਾ ਹੈ। ਇਹ ਜਹਾਜ਼ ਉੱਥੋਂ ਚੱਲ ਚੁੱਕਿਆ ਕੁਵੈਤ ਤੋਂ। ਉਹਨਾਂ ਸਾਰੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਸਾਰੀਆਂ ਡੈਡ ਬੋਡੀਜ਼ ਇਸ ਵਿਸ਼ੇਸ਼ ਜਹਾਜ਼ ਦੇ ਜ਼ਰੀਏ ਲਿਆਂਦੀਆਂ ਜਾ ਰਹੀਆਂ ਨੇ, ਕਿਉਂਕਿ ਇੱਕ ਮੰਦਭਾਗਾ ਹਾਦਸਾ ਉੱਥੇ ਵਾਪਰਿਆ ਔਰ ਜਿਸ ਬਿਲਡਿੰਗ ਦੇ ਵਿੱਚ ਇਹ ਹਾਦਸਾ ਵਾਪਰਿਆ ਉੱਥੇ ਸਾਰੇ ਜਿਹੜੇ ਮਜ਼ਦੂਰ ਨੇ ਕੰਮ ਕਰਨ ਦੇ ਲਈ ਗਏ ਸੀ ਉਹ ਸਾਰੇ ਉੱਥੇ ਰਹਿ ਰਹੇ ਸੀ। ਸੋ ਇਸ ਹਾਦਸੇ ਦੇ ਵਿੱਚ ਮਰਨ ਵਾਲੇ ਨੇ ਜਿਹੜੇ ਜ਼ਿਆਦਾਤਰ ਹਿੰਦੁਸਤਾਨੀ ਉਹ ਸਾਰੇ ਉਹੀ ਨੇ ਜੋ ਕੁਵੈਤ ਦੇ ਵਿੱਚ ਮਜ਼ਦੂਰੀ ਕਰਦੇ ਸੀ, ਜਿਨ੍ਹਾਂ ਦੇ ਵਿੱਚੋਂ ਕੇਰਲ ਦੇ 23 ਨੇ, ਤਾਮਿਲਨਾਡੂ ਦੇ 7 ਨੇ, ਪੰਜਾਬ ਅਤੇ ਹਰਿਆਣਾ ਦਾ ਇੱਕ ਇੱਕ ਸ਼ਖਸ ਹੈ। ਅਤੇ ਇਹ ਏਅਰਪੋਰਟ 'ਤੇ ਇੰਤਜ਼ਾਰ ਹੋ ਰਿਹਾ, ਥੋੜ੍ਹੀ ਦੇਰ ਦੇ ਵਿੱਚ ਇਹ ਵਿਸ਼ੇਸ਼ ਜਹਾਜ਼ ਇੱਥੇ ਪਹੁੰਚੇਗਾ ਔਰ ਇਸ ਜਹਾਜ਼ ਰਾਹੀਂ ਇਹਨਾਂ 45 ਲੋਕਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਹੈ ਉਹਨਾਂ ਨੂੰ ਭਾਰਤ ਲਿਆਂਦਾ ਜਾ ਰਿਹਾ। ਅਤੇ ਖਬਰ ਦਿੱਲੀ ਦੇ ਚਾਂਦਨੀ ਚੌਂਕ ਤੋਂ, ਜਿੱਥੇ ਇੱਕ ਕੱਲ੍ਹ ਭਿਆਨਕ ਅੱਗ ਲੱਗੀ ਸੀ। ਇੱਕ ਦੁਕਾਨ ਸੀ ਕੱਪੜੇ ਦੀ, ਉਸ ਦੁਕਾਨ ਨੂੰ ਅੱਗ ਲੱਗੀ ਔਰ ਉਸਨੇ ਬਾਕੀ ਦੁਕਾਨਾਂ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ ਸੀ। 12 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਪਰ 12 ਘੰਟੇ ਬਾਅਦ ਵੀ ਇਸ ਅੱਗ 'ਤੇ ਕਾਬੂ ਪੂਰੀ ਤਰ੍ਹਾਂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੀਆਂ 50 ਤੋਂ ਜ਼ਿਆਦਾ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਜੁਟੀਆਂ ਹੋਈਆਂ ਨੇ ਔਰ ਹਲੇ ਵੀ ਜਿਹੜਾ ਹੈ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਹੋਰ ਸਮਾਂ ਲੱਗੇਗਾ। ਕੱਲ੍ਹ ਸ਼ਾਮ ਨੂੰ ਦਿੱਲੀ ਦੇ ਚਾਂਦਨੀ ਚੌਂਕ ਇਲਾਕੇ ਦੇ ਵਿੱਚ ਇਹ ਅੱਗ ਲੱਗੀ ਸੀ। ਚਾਂਦਨੀ ਚੌਂਕ ਦਿੱਲੀ ਦਾ ਬੇਹੱਦ ਭੀੜ ਭਾੜ ਵਾਲਾ ਇਲਾਕਾ ਹੈ, ਤੰਗ ਗਲੀਆਂ ਨੇ ਔਰ ਜਿੱਥੇ ਇਹ ਕੱਪੜੇ ਦੀਆਂ ਦੁਕਾਨਾਂ ਨੇ, ਬਹੁਤ ਵੱਡੀ ਕੱਪੜਾ ਮਾਰਕੀਟ ਹੈ ਚਾਂਦਨੀ ਚੌਂਕ ਦੀ, ਬੜੀ ਮੰਨੀ ਪ੍ਰਮੰਨੀ ਮਾਰਕੀਟ ਹੈ। ਲੋਕ ਵੱਖ ਵੱਖ ਸੂਬਿਆਂ ਤੋਂ, ਦੂਰ ਦੁਰਾਡਿਆਂ ਤੋਂ ਇੱਥੇ ਸ਼ੋਪਿੰਗ ਕਰਨ ਦੇ ਲਈ, ਕੱਪੜਾ ਖਰੀਦਣ ਦੇ ਲਈ ਆਉਂਦੇ ਨੇ। ਸੋ ਕੱਲ੍ਹ ਇੱਥੇ ਅੱਗ ਲੱਗੀ ਔਰ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਪਰ ਕਿਉਂਕਿ ਇਹ ਜਿਹੜਾ ਏਰੀਆ ਹੈ, ਰਸਤਾ ਹੈ, ਇਹ ਬਹੁਤ ਤੰਗ ਗਲੀਆਂ ਨੇ, ਛੋਟੀਆਂ ਛੋਟੀਆਂ ਗਲੀਆਂ ਨੇ ਜਿੱਥੇ ਦੁਕਾਨਾਂ ਬਣੀਆਂ ਹੋਈਆਂ ਔਰ ਉੱਥੇ ਕਾਫੀ ਮੁਸ਼ਕਤ ਜਿਹੜੀ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਕਰਨੀ ਪਈ ਹੈ। 12 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ, ਕੱਲ੍ਹ 5:15 ਵਜੇ ਦੇ ਕਰੀਬ, ਕੱਲ੍ਹ ਸ਼ਾਮ 5:15 ਦੇ ਕਰੀਬ ਇਹ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਅਤੇ ਹਲੇ ਵੀ ਜਿਹੜਾ ਰੈਸਕਿਊ ਹੈ ਉਹ ਉੱਥੇ ਫਾਇਰ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ। ਕਤਾਰਬੱਧ ਦਮਕਲ ਯਹਾਂ ਪਰ ਖੜੀ ਹੋਈ ਹੈ, ਕਰੀਬ 53 ਗਾੜੀਆਂ ਬਤਾਈ ਗਈ ਹੈ। ਜਬ ਆਗ ਲਗੀ ਥੀ 5 ਵਜੇ ਕੱਲ੍ਹ ਸ਼ਾਮ ਕੋ, ਤੋ ਉਸ ਵਕਤ 33 ਦਮਕਲ ਕੀ ਗਾੜੀਆਂ ਭੇਜੀ ਗਈ ਥੀ, ਉਸਕੇ ਬਾਅਦ 10 ਦਮਕਲ ਕੀ ਗਾੜੀਆਂ ਭੇਜੀ ਗਈ ਔਰ ਆਜ ਸੁਬਹ 10 ਦਮਕਲ ਕੀ ਗਾੜੀਆਂ ਔਰ ਭੇਜੀ ਗਈ ਹੈ। ਯਾਨੀ ਕਰੀਬ 12-14 ਘੰਟੇ ਹੋ ਚੁੱਕੇ ਹੈ, ਫਾਇਰ ਵਿਭਾਗ ਕੇ ਕਰਮਚਾਰੀ ਲਗਾਤਾਰ ਰਾਤ ਭਰ ਲਗੇ ਰਹੇ, ਕੜੀ ਮਸ਼ਕਤ ਕਰਤੇ ਰਹੇ ਆਗ ਕੋ ਬੁਝਾਨੇ ਕੇ ਲੀਏ, ਕਿਉਂਕਿ ਘਨੀ ਆਬਾਦੀ ਕਾ ਇਲਾਕਾ ਹੈ। ਇਹ ਜ਼ਰੂਰ ਇਹ ਸੜਕ ਜ਼ਰੂਰ ਥੋੜ੍ਹੀ ਚੌੜੀ ਹੈ, ਲੇਕਿਨ ਅੰਦਰ ਕੀ ਜੋ ਗਲੀਆਂ ਹੈ ਉਹ ਕਾਫੀ ਕਾਫੀ ਸੰਕੀਰਣ ਹੈ, ਕਾਫੀ ਇੱਕ ਤਰੀਕੇ ਦੀ ਛੋਟੀ ਗਲੀਆਂ ਹੈ ਔਰ ਇਸ ਲਈ ਯਹਾਂ ਪਰ ਆਗ ਪਰ ਕਾਬੂ ਪਾਣੇ ਮੇ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ। ਇਹ ਦੇਖੀਏ, ਇਹ ਵੋ ਲਹਿੰਗੇ ਹੈ, ਕਿਉਂਕਿ ਇਹ ਪੂਰਾ ਇਲਾਕਾ ਸਾੜੀ ਔਰ ਲਹਿੰਗੋ ਕੀ ਮਾਰਕੀਟ ਕੇ ਨਾਮ ਸੇ ਜਾਣਾ ਜਾਤਾ ਹੈ, ਨਈ ਸੜਕ ਕਾ ਇਲਾਕਾ। ਤੋ ਇਹ ਲਾਖੋਂ ਕਾ ਮਾਲ ਯਹਾਂ ਪਰ ਬਰਬਾਦ ਹੋ ਚੁੱਕਾ ਹੈ, ਕੁਛ ਸਾਮਾਨ ਯਹਾਂ ਸੇ ਨਿਕਾਲਾ ਵੀ ਗਿਆ। ਤੋ ਇਹ ਵੋ ਤਸਵੀਰੇ ਹੈ, ਇਹ ਵੋ ਹਿੱਸਾ ਹੈ ਮਾਰਕੀਟ ਕਾ ਜੋ ਧੀਰੇ ਧੀਰੇ ਕਰਕੇ ਗਿਰ ਰਹਾ ਹੈ ਔਰ ਇਹ ਵੋ ਦੁਕਾਨੇ ਹੈ ਜੋ ਦੇਖੀਏ ਕਿਸ ਤਰੀਕੇ ਸੇ ਪੂਰਾ ਇਹ ਸਾਮਾਨ, ਲਾਖੋਂ ਕਾ ਸਾਮਾਨ ਯਹਾਂ ਪਰ ਪੂਰੀ ਤਰੀਕੇ ਸੇ ਬਰਬਾਦ ਹੋ ਚੁੱਕਾ ਹੈ।
कपड़े की दुकानें थी, पीछे कागजों का गोदाम भी था और इसी वजह से आग काफी तेजी से फैली। कल देर शाम हवा भी काफी तेजी से चल रही थी तो हवा की वजह से भी आग को फैलने में थोड़ी सी यहाँ पर मदद मिली। और देखिए ये तस्वीर दिखा रहे हैं आपको, इस तरीके से धुआं अभी भी रह कर उठ रहा है क्योंकि ये वो पीछे का इलाका है, अंदर दमकल की गाड़ियां जा नहीं सकती। पाइप की मदद से पानी के प्रेशर से ही आग को बुझाने का काम किया जा रहा है और रात को ये पूरी इमारत नीचे भरभरा कर गिर पड़ी थी और इस तरीके से करीब आधा दर्जन से ज्यादा दुकानें पूरी तरीके से तहस नहस हो चुकी हैं। और यहाँ पर एक स्कूल भी चलता है और जिस जगह हम खड़े हुए हैं ये एक स्कूल मारवाड़ी चैरिटेबल ट्रस्ट का स्कूल है। तो ये स्कूल की बिल्डिंग तो ठीक है लेकिन आसपास जितने भी मारवाड़ी कटरा की दुकानें हैं वो पूरी तरीके से यहाँ पर बर्बाद हो चुकी हैं, तबाह हो चुकी हैं। अभी 3 से 4 घंटे का समय और लगेगा और फायर विभाग की तरफ से ये कहा जा रहा है कि 3 से 4 घंटे में इस आग पर काबू पा लिया जाएगा। हालांकि जो मुख्य इमारत थी जहाँ पर आग की शुरुआत हुई थी वहाँ पर ये कहा जा रहा है कि वो इमारत काफ़ी कमजोर हो चुकी है, इसलिए लोगों को उसके आसपास नहीं आने दिया जा रहा है क्योंकि वो इमारत कभी भी गिर सकती है। खबर एक पुणे तो भी आई, पुणे दे विच एक ट्रैवल बस नू अचानक अग लग गई। समा रहिंदिया हालांकि सारे यात्रियों नू बाहर कढ लिया गया, सारियां सवारियां नू बाहर कढ लिया गया, किसी तरह के कोई जानी नुकसान की खबर नहीं है। पुणे के पिंपरी चिचवाड़ इलाके की यह घटना है, फायर ब्रिगेड इत्थे भी बुलाउणी पई और फायर ब्रिगेड वल्लों अग नू कंट्रोल किया गया। ये अज सुबह दियां तस्वीरां ने जिस वेले हादसा वापरिया पुणे महाराष्ट्र दियां, जिथे एक वॉल्वो बस है जो यात्रियों के नाल भरी हुई सी, अचानक इस बस नूं अग लग गई और किस तरीके नाल देखा जा सकता अग दे धुएं दे गुबार निकल रहे हैं, पर समय रहिंदा सारियां सवारियां नूं कढ लिया गया सी, फायर ब्रिगेड बुलाई गई और फायर ब्रिगेड वल्लों इस अग ते काबू पाया गया।